ਕੰਮਾਂ ਜੀ ਫਿਰ ਤੁਹਾਡਾ ਨਿਊਜ਼ ਵਲੌਗ 'ਚ ਕੀ ਹਾਲ ਸਾਰਿਆਂ ਦਾ? ਠੀਕ ਠਾਕ ਜੀ। ਅੱਜ ਅਸੀਂ ਚੱਲੇ ਸੀ ਅੰਮ੍ਰਿਤਸਰ, ਕੰਮ ਸੀ ਥੋੜ੍ਹਾ ਜਿਹਾ। ਹਾਂਜੀ ਆਵੇ ਅੰਮ੍ਰਿਤ ਨੀ ਹੋਏ ਰੈਡੀ ਸੈਡੀ। ਅੰਮ੍ਰਿਤ ਨੂੰ ਕੋਈ ਜ਼ਿਆਦਾ ਮੇਰੇ ਹਿਸਾਬ ਨਾਲ ਖਾਸ ਹੀ ਕੰਮ ਸੀ, ਕੋਈ ਜ਼ਰੂਰੀ ਅੱਜ ਹੈ ਅੰਮ੍ਰਿਤ? ਕੀ ਕੰਮ ਦੱਸ ਨਹੀਂ ਸਕਦੇ ਆਪਾਂ ਕੰਮ, ਹੈ ਨਾ? ਥੋੜ੍ਹਾ ਮੱਥਾ ਟੇਕਣਾ ਬਾਬੇ ਦੇ, ਪਰਸਨਲ ਮੈਟਰ ਆ ਥੋੜ੍ਹਾ ਜਿਹਾ। ਹਾਂਜੀ ਆਹੋ ਗੱਡੀ ਲਏ ਹਾਂ ਅੰਮ੍ਰਿਤ ਵਾਲੀ ਧਵਾਉਣ। ਹਾਂਜੀ ਕੀ ਹਾਲ ਚਾਲ? ਠੀਕ ਠਾਕ ਜੀ। ਯੂਟਿਊਬ ਵਲੌਗ ਬਣ ਡਿਆ ਵਲੌਗ। ਹਾਂਜੀ ਗੱਡੀ ਡਏ ਆਪਾਂ ਧਵਾਉਣ। ਅੰਮ੍ਰਿਤ ਕਹਿੰਦਾ ਥੋੜ੍ਹਾ ਜਿਹਾ ਪਾਣੀ ਮਰਾਲੀ ਗੰਦੀ ਹੋਈ ਸੀ ਵਾਹਵਾ ਜੀ, ਹੈ ਨਾ? ਅੰਮ੍ਰਿਤ ਬਹੁਤ ਚਿੱਟਾ ਲੱਗਣਾ ਜੀ। ਹੈਂ ਆਹੋ ਉੱਦਾਂ ਦੇ ਮੇਰੇ ਨਾਲ 10 ਦਿਨ ਹੋ ਗਏ ਆਪਾਂ ਨੂੰ ਸਪਲੈਂਡਰ ਤੇ ਘੁੰਮਦੇ ਆ, ਹੈ ਨਾ? ਆਹੋ ਤੇ ਹੋਰ ਕੀ। ਅਜੇ ਤੁਰੇ ਵੀ ਨੀ ਘਰੋਂ ਤੇ ਖਰਚਾ ਪੈ ਵੀ ਗਿਆ ਪੈਂਦਾ ਹੀ, ਹੈ ਨਾ? ਅਜੇ ਉਹਦੇ ਨਾਲ ਹੀ ਆਏ ਸੀ। ਆਹ ਜਿਹੜਾ ਆਪਾਂ ਜਿੱਥੋਂ ਘੁਮਾਉਣ ਡਿਆ ਗੱਡੀ, ਇਹ ਸਰਵਿਸ ਸਟੇਸ਼ਨ ਵੀ ਜਿਹੜਾ ਵੀ ਆ ਇਹ ਆਪਣੇ ਇੱਥੋਂ ਗੁਆਂਢ ਪਿੰਡ ਦਾ ਹੀ ਆ, ਮਨੇਸਾਂ ਦਾ ਹੀ ਆ। ਉਹ ਸਰਵਿਸ ਸਟੇਸ਼ਨ ਹੀ ਆਉਂਦੇ ਨਾ ਇਹਨੂੰ? ਗੱਡੀ ਫਿਰ ਧੁੱਪ ਗਈ ਆਪਣੀ, ਹੈ ਗੱਡੀ ਧੁੱਪ ਗਈ ਆ ਤੇ ਪਾਲਸ ਪੁਲਸ ਵੀ ਮਾਰਤੀ ਇਹਨੂੰ। ਲਓ ਜੀ ਗੱਡੀ ਆਪਾਂ ਲਈ ਆ ਧਵਾ ਤੇ ਅਸੀਂ ਚੱਲੇ ਹਾਂ, ਹੁਣ ਤੁਰ ਪਏ ਆਪਾਂ। ਕਿੱਥੇ ਜਾਣਾ ਪਹਿਲਾਂ, ਬਟਾਲੇ ਚੱਲੀਏ? ਬਟਾਲੇ ਤਾਂ ਜਾਣੇ ਆ। ਬਟਾਲੇ ਕੰਮ ਕੀ ਕੰਮ ਕੀ ਆਪਾਂ ਬਟਾਲੇ? ਕੰਮ ਬਲੈਰੋ ਤੋਂ ਅੱਗੇ ਗੱਡੀ ਨੰਗੀ ਆ ਕਿਹੜੀ? ਬੱਸ ਚੋ ਹੀ? ਅੱਛਾ ਉਹ ਬੱਸ ਜਾਣ ਦੀ, ਉਹ ਵੇਖੋ ਥੋੜੀ ਜਿਹੀ ਵਿਖਾਉਂਦੇ ਤੁਹਾਨੂੰ ਜ਼ੂਮ ਕਰਕੇ। ਉਹਦੇ ਚੋ ਮੁੰਡਾ ਮਤਲਬ ਵੀ ਕੀ ਕਰਕੇ ਗਿਆ ਹੋਵੇ, ਰਿਐਕਸ਼ਨ ਦੇ ਕੇ ਗਿਆ ਹਨਾ, ਏਦਾਂ ਕਰਕੇ ਵੀ ਗੱਡੀ ਬਹੁਤ ਸੋਹਣੀ ਆ। ਬਾਹਰੋਂ ਵੀ ਵਿਖਾਉਂਦੇ ਆ ਤੁਹਾਨੂੰ ਗੱਡੀ ਗੁੱਡੀ ਅੰਮ੍ਰਿਤ ਨੇ ਬਣਾਈ ਆ ਤੇ ਬਹੁਤ ਕੀ ਬਣਾਈ ਆ, ਪਰ ਬਣੀ ਪੂਰੀ ਵਧੀਆ ਵਾ, ਬਾਹਰੋਂ ਬਹੁਤ ਸੋਹਣੀ ਲੱਗਦੀ ਗੱਡੀ। ਆ ਜੀ ਬਟਾਲੇ ਵਾਲਾ ਰੋਡ ਆ ਤੇ ਬਟਾਲੇ ਜਾਂਦੇ ਪਏ ਅਸੀਂ ਤੇ ਪਹਿਲਾਂ ਬਟਾਲੇ ਜਾ ਕੇ ਤੇ ਫਿਰ ਜਾਣਾ ਅਸੀਂ ਅੰਮ੍ਰਿਤਸਰ, ਫਿਰ ਪਿੰਡ ਤੇ ਫਿਰ ਤੇ ਪਿੰਡ ਤੇ ਆਉਣਾ ਹੀ ਆਉਣਾ ਵਾ। ਹੋਰ ਉੱਥੇ ਥੋੜੀ ਅਲਫਾ 1 ਇਰਾਦਾ ਤੇ ਬਣ ਡਿਆ ਮੇਰਾ ਤਾਂ, ਹੋ ਹੀ ਜਾਈਏ, ਹੈਨਾ? ਚੱਲ ਠੀਕ ਨਾਲ ਸਲੀਪਰ ਲਿਆਵਾਂਗੇ। ਹਾਂ ਅਸੀਂ ਰੁਕੇ ਇੱਥੇ ਬਟਾਲੇ, ਥੋੜਾ ਜਿਹਾ ਕੰਮ ਹੀ ਸਾਨੂੰ ਤੇ ਨਾਲੇ ਭੁੱਖ ਲੱਗੀ ਥੋੜੀ ਜਿਹੀ ਤੇ ਪੈੜੀ ਖਾ ਲਈ ਅਸੀਂ ਇੱਕ ਇੱਕ, ਹੁਣ ਥੋੜਾ ਜਿਹਾ ਸੈੱਟ ਹੋ ਗਿਆ ਕੰਮ। ਸੈੱਟ ਨਾ ਕਿਹਾ ਕਰ ਮੰਮਾ, ਲੋਕਾਂ ਨੇ ਨਸ਼ੇ ਕਰਦੇ ਆ। ਕੋਈ ਗੱਲ ਨਹੀਂ, ਲੋਕਾਂ ਨੇ ਕਹੀ ਜਾਣਾ ਕੋ ਨਾ ਕੋ, ਜੋ ਮਰਜ਼ੀ ਹੋ ਜੇ, ਲੋਕਾਂ ਦੇ ਮੂੰਹ ਨਹੀਂ ਫੜ ਸਕਦਾ ਕੋਈ, ਨਹੀਂ ਫੜ ਸਕਦੇ ਮੂੰਹ ਤੇ ਫੜ ਸਕਦੇ ਆ, ਮੂੰਹ ਤੋਂ ਫੜ ਸਕਦੇ ਆ, ਪਰ ਉਹਨਾਂ ਨੂੰ ਕਹਿਣ ਤੋਂ ਨਹੀਂ ਨਾ ਰੋਕ ਸਕਦੇ ਆਪਾਂ। ਸਾਡੇ ਸਾਹਮਣੇ ਨਹੀਂ ਕੋਈ ਕਹਿ ਸਕਦਾ, ਮੂੰਹ ਤੇ ਨਹੀਂ ਕੋਈ ਕਹਿੰਦਾ ਹੁੰਦਾ, ਪਰ ਪਿੱਠ ਪਿੱਛੇ ਬਹੁਤ ਕੁਝ ਕਹੀ ਜਾਂਦੇ ਲੋਕ। ਚਲੋ ਹੁਣ ਚੱਲੇ ਆਪਾਂ ਫੇਰ ਅੰਮ੍ਰਿਤਸਰ। ਅੰਮ੍ਰਿਤਸਰ ਬੰਬ ਬੰਬ ਗਰਮੀ ਵਾਹਵਾ ਆ ਗਈ ਹੈ ਨਾ,
ਠੰਡ ਲੱਗਣ ਦੀ ਮੈਨੂੰ ਤੇ ਠੰਡ ਲੱਗਣ ਦੀ ਆ ਤਾਈਓ ਜੈਕਟ ਬੜੀ ਮੋਟੀ ਪਈ ਅੱਜ ਹੈ ਹੈ ਨਾ ਆਹ ਵੇਖੋ ਬੇਕਰੀ ਵਿਖਾਉਂਦੇ ਤੁਹਾਨੂੰ ਇੱਥੇ ਰੁਕੇ ਸੀ ਆਪਾਂ ਜਿੱਥੇ ਆਹ ਰਿਆੜ ਬੇਕਰ ਬਹੁਤ ਘੈਂਟ ਇੱਥੇ ਬਹੁਤ ਘੈਂਟ ਕੰਮ ਹਨਾ ਬਹੁਤ ਘੈਂਟ ਕੰਮ ਇਹਨਾਂ ਦਾ ਟੇਸਟੀ ਚੀਜ਼ਾਂ ਸਾਰੀਆਂ ਨਾਲੇ ਐਤਵਾਰ ਹੁਣ ਖੁੱਲਾ ਵੀ ਕੁਛ ਨਹੀਂ ਹੋਣਾ ਹੋਰ ਬਸ ਬਸ ਆਹੋ ਇੱਥੋਂ ਹੀ ਚੱਲ ਆਪਾਂ ਨੂੰ ਹੋਰ ਸਰ ਗਿਆ ਆਪਣਾ ਹਨਾ ਪੂਰਾ ਮੇਰਾ ਨਜ਼ਾਰਾ ਆ ਗਿਆ ਹੁਣ ਜਾਣਾ ਵਾ ਉੱਧਰ ਬਟਾਲੇ ਵਿੱਚ ਹਾਂ ਚੱਲ ਵੇਖਦੇ ਹਾਂ ਚੱਲ ਵੇਖ ਲਾ ਜੇ ਜਾਣਾ ਤੇ ਕੋਈ ਚੱਕਰ ਨਹੀਂ ਆ ਬੂਟੇ ਲੱਗੇ ਵਿੱਚ ਸੋਹਣੇ ਲੱਗਦੇ ਆ ਹਨਾ ਕਿੱਧਰੋਂ ਧੱਕੀ ਆਉਂਦਾ ਵਾ ਪਤਾ ਸਾਲਾ ਕਿੱਧਰ ਨੂੰ ਚੁੱਕੀ ਜਾਂਦਾ ਮੂੰਹ ਇਹਨਾਂ ਨੂੰ ਪਾਪਾ ਆਉਂਦੇ ਹਾਂ ਸ਼ੁਰੂ ਕਰ ਤੂੰ ਕੋਈ ਨਹੀਂ ਕੋਈ ਗੱਲ ਨਹੀਂ ਹਾਂ ਵੀ ਅੰਮ੍ਰਿਤ ਪਹੁੰਚ ਗਏ ਫਿਰ ਆਪਾਂ ਅੰਮ੍ਰਿਤਸਰ ਹੈ ਅੰਮ੍ਰਿਤਸਰ ਪਹੁੰਚ ਗਏ ਆ ਪਹੁੰਚ ਗਏ ਨਾ ਪਹਿਲਾਂ ਤੇ ਸਾਡੇ ਨਾਲ ਕਲੋਲ ਹੋ ਗਈ ਇੱਕ ਹੈ ਅਸੀਂ 5-7 ਮਿੰਟ ਬੋਲਦੇ ਰਹੇ ਆ ਤੇ ਕੈਮਰਾ ਆਨ ਹੀ ਨਹੀਂ ਕੀਤਾ ਉਦਾਂ ਬੋਲੀ ਜਾਂਦੇ ਮੈਂ ਐਵੇਂ ਸੰਗ ਵੀ ਦਾ ਹੀ ਉਹ એનર્ਜੀ ਵੇਸਟ ਹੋ ਗਈ ਆਪਣੀ 5 ਮਿੰਟ એનર્ਜੀ ਤਾਂ ਨਹੀਂ ਵੇਸਟ ਹੁੰਦੀ ਤੇ ਜਿਹੜੇ ਕੰਮ ਅਸੀਂ ਆਏ ਆ ਉਦਾਂ ਦੇ ਉਹਨੂੰ ਲੱਗ ਜਾਣੇ ਉਦਾਂ ਆਪਣੇ 2 ਘੰਟੇ ਲੱਗ ਜਾਣੇ ਆ ਜੇ ਤੇ ਜਿੱਥੇ ਅਸੀਂ ਜਾਣਾ ਉਹ ਕਹਿੰਦੇ 2 ਘੰਟੇ ਵੇਟ ਕਰੋ ਜੀ ਹੈ ਨਾ ਅੰਮ੍ਰਿਤ ਅਤੇ ਫਿਰ ਆਪਾਂ ਇੱਦਾਂ ਕਰਦੇ ਹਾਂ ਵੀ ਉਹਨਾਂ ਚਿਰ ਕੋ ਖਾ ਵੀ ਲਈਏ ਖਾ ਪੀ ਲੈਂਦੇ ਆਪਾਂ ਕੌਫੀ ਵੀ ਲੈਂਦੇ ਹਾਂ ਹੈ ਨਾ ਅਤੇ ਸ਼ਾਰ ਪੱਕ ਤੇ ਪਜੇਰੀਆ ਚਲ ਜਾਂਦੇ ਹਾਂ ਹਾਂ ਵੀ ਅੰਮ੍ਰਿਤ ਆ ਗਏ ਫਿਰ ਕਿੱਥੇ ਆ ਗਏ ਪੂਰੀ ਸੋਹਣੀ ਹਾਂ ਵੀ ਅੰਮ੍ਰਿਤ ਕੀ ਸੋਚੀ ਜਾਂਦਾ ਵਾ ਹੈ ਟੈਨਸ਼ਨ ਜੀ ਚ ਲੱਗਦਾ ਮੈਨੂੰ ਹੈ ਤੇ ਆਰਡਰ ਆਪਣਾ ਹੋ ਨਹੀਂ ਡਿਆ ਜੇ ਥੋੜੀ ਹਨਾ ਘੁਮਾਈ ਦਿੰਦੇ ਥੋੜਾ ਜਿਹਾ ਕੈਮਰਾ ਐਗਜ਼ਾਮਪਲ ਹੀ ਇੱਕ ਬਹੁਤ ਤਗੜੀ ਹੋਣੀ ਸਾਨੂੰ ਬੜੀ ਆਈਟਮ ਚੀਜ਼ ਬੈਠੀ ਅਸੀਂ ਆਏ ਆ ਕਿੱਥੇ ਭਲਾ ਰਣਜੀਤ ਐਵੀਨਿਊ ਤੇ ਅਸੀਂ ਹੁਣੇ ਜੇ ਪੀਜ਼ਾ ਖਾ ਕੇ ਅਤੇ ਬੈਠੇ ਵੇਟ ਕਰਨ ਡੇ ਹਾਂ ਆਪਣੇ ਫਰੈਂਡ ਦੀ ਦੋਸਤੀ ਮਿਲਣਾ ਉਹਨੂੰ ਅਤੇ ਉਹਨੂੰ ਉਡੀਕਣ ਡੇ ਹਾਂ ਅਤੇ ਹੋਰ ਫਿਰ ਅੰਮ੍ਰਿਤ ਬਸ ਨਹੀਂ ਤੇਰਾ ਮਤਲਬ ਕੋਈ ਵਿਆਹ ਵੂਹ 'ਤੇ ਜਾਣਾ ਸੀ ਅੱਜ ਮਤਲਬ ਤੂੰ ਪੱਗ ਪੁੱਗ ਬੰਨੀ ਟੋਰ ਸ਼ੋਰ ਮਾਰੀ ਅੱਜ ਵਿਆਹ ਸੀ ਭਰਾ ਕੈਂਸਲ ਹੋ ਗਿਆ ਵਿਆਹ ਹੈਂ ਅੱਛਾ ਠੀਕ ਆ ਠੀਕ ਆ ਵਿਆਹ ਹੀ ਹੁਣ ਪਿੰਡ ਜਾਣਾ ਪੈਣਾ ਵਾ ਹਾਂ ਠੀਕ ਆ ਕੈਂਸਲ ਕਿਉਂ ਹੋ ਗਿਆ ਮਤਲਬ ਸਾਡਾ ਕੋਈ ਕੰਮ ਨੇਪਰੇ ਚੜ੍ਹਦਾ ਨਹੀਂ ਅਤੇ ਸਹੀ ਗੱਲ ਹੈ ਯਾਰ ਮੇਰੇ ਹਿਸਾਬ ਨਾਲ ਬਾਬੇ ਰਾਮ ਥੋੜ੍ਹਾ ਮੱਥਾ ਟੇਕ ਆਇਆ ਕਰੀਏ ਪਹਿਲਾਂ ਤੇ ਮੈਂ ਤਾਂ ਕਿਹਾ ਵੇ ਹੈਨਾ ਕੰਮ ਬਣ ਜੇ ਹਾਂ ਬਲੋ ਸੱਜੀ ਮੇਰੇ ਟੱਬਰ ਚ ਕਿਹਨੇ ਵੇਖ ਲਿਆ ਨਾ ਹਾਂ ਤੈਨੂੰ ਮੈਂ ਦੱਸੂੰਗਾ ਸਾਰੇ ਵਿਆਹ ਨਹੀਂ ਨਹੀਂ ਵੇਂਦਾ ਕੋਈ ਆ ਵੇਖੋ ਤੁਹਾਨੂੰ ਆਪਾਂ ਥੋੜ੍ਹਾ ਇੱਧਰੋਂ ਵਿਖਾਉਂਦੇ ਹਾਂ
ਰਣਜੀਤ ਐਵੀਨਿਊ ਬਾਹਰ ਜਾ ਕੇ ਤੇ ਮੈਂ ਥੋੜਾ ਜਿਹਾ ਦਿਖਾਉਣਾ ਵਾ, ਸਾਰੀ ਬੜੀ ਵਧੀਆ ਬਣਾਇਆ ਸਾਰਾ ਪਾਸੇ। ਅਮਰ ਤੁਹਾਨੂੰ ਆਪਾਂ ਕੋਸ਼ਿਸ਼ ਕਰਨੀ ਆ ਵੀ ਵਲੋਗ ਡੇਲੀ ਪਾਇਆ ਕਰੀਏ ਮੇਰੇ ਹਿਸਾਬ ਨਾਲ, ਡੇਲੀ ਰੂਟੀਨ ਵਾਲੇ। ਹਾਂ ਹਾਂਜੀ ਵੀ ਆਹ ਦੇਖ ਲਓ ਰਣਜੀਤ ਐਵੀਨਿਊ ਅੰਮ੍ਰਿਤਸਰ ਦਾ, ਇੱਥੇ ਆਏ ਸੀ ਆਪਾਂ, ਇੱਧਰੋਂ ਥੋੜ੍ਹਾ ਹਨੇਰਾ ਲੱਗਣ ਡਿਆ ਕਿਉਂਕਿ ਧੁੱਪ ਪੈਣ ਡਈ ਥੋੜ੍ਹੀ ਜਿਹੀ ਇੱਧਰਲੇ ਪਾਸੇ। ਹੁਣ ਡੇ ਘਰ ਨੂੰ ਅੰਮ੍ਰਿਤਸਰ ਤੋਂ ਅਤੇ ਫੋਟੋਆਂ ਖਿੱਚਣ ਲਈ ਇੱਥੇ ਖਲੋਤੇ ਸੀ। ਆਹ ਲੋਕੇਸ਼ਨ ਦੇਖੋ ਕਿੱਡੀ ਸੋਹਣੀ ਆ, ਖਿੱਚ ਲਈਆਂ ਫੋਟੋਆਂ। ਅੰਮ੍ਰਿਤ ਬਹਿ ਗਿਆ ਅੰਦਰ ਹੁਣ, ਅਤੇ ਅੰਮ੍ਰਿਤਸਰੋਂ ਘਰ ਆਏ ਹੁਣੇ ਅਜੇ, ਅਤੇ ਮੈਂ ਚੱਲਿਆ ਸੀ ਗਰਾਊਂਡ, ਵਾਲੇ ਗਰਾਊਂਡ ਜਾਈਏ ਸ਼ਾਮੀ ਆਪਾਂ ਡੇਲੀ। ਆਹ ਵੇਖੋ ਖੇਤਾਂ ਦੇ ਨਜ਼ਾਰੇ ਚੈੱਕ ਕਰੋ, ਸੂਰਜ ਡੁੱਬਣ ਡਿਆ ਉੱਧਰ, ਕਿੰਨੀਆਂ ਸੋਹਣੀਆਂ ਲੱਗਦੀਆਂ ਫਸਲਾਂ। ਅਤੇ ਮੈਂ ਚੱਲਿਆ ਗਰਾਊਂਡ 'ਚ, ਅਤੇ ਕੋਸ਼ਿਸ਼ ਕਰਾਂਗੇ ਕਿ ਹੁਣ ਡੇਲੀ ਵਲੋਗ ਆਵੇ। ਡੇਲੀ ਵੀ ਨਹੀਂ ਤਾਂ ਚਲੋ ਹਫ਼ਤੇ 'ਚ 3-4 ਵਲੋਗ ਪਾਇਆ ਕਰਾਂਗੇ ਹੁਣ, ਅਤੇ ਸਪੋਰਟ ਕਰਿਆ ਕਰੋ ਦੱਬ ਕੇ, ਅਤੇ ਜਦੋਂ ਵੇਖਦੇ ਹੁੰਦੇ ਵਲੋਗ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਕਿਉਂਕਿ ਇੱਕ ਇੱਕ ਸਬਸਕ੍ਰਾਈਬ ਨਾਲ ਨਾ ਮੋਟੀਵੇਸ਼ਨ ਮਿਲਦੀ ਆ, ਫਿਰ ਹੋਰ ਵਲੋਗ ਬਣਾਉਣ ਨੂੰ ਦਿਲ ਕਰਦਾ। ਠੀਕ ਆ ਜੀ, ਚਲੋ ਠੀਕ ਆ ਫਿਰ, ਬਾਏ, ਮਿਲਦੇ ਹਾਂ ਫਿਰ ਨੈਕਸਟ ਵਲੋਗ 'ਚ। ਜੇ ਵੀਡੀਓ ਵਧੀਆ ਲੱਗਦੀਆਂ ਤੁਹਾਨੂੰ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ, ਸਬਸਕ੍ਰਾਈਬ ਤਾਂ ਕਰਿਆ ਕਰੋ ਨਾ ਸਬਸਕ੍ਰਾਈਬ। ਚਲੋ ਠੀਕ ਆ ਜੀ, ਓਕੇ ਬਾਏ।